जिहड़ी दूजियां बाकी चीजें आंदियां बेटा असमिटरी एनर्जी है, असमिटरी एनर्जी की होएगी, हुण आपां नूं इह चीज पता है बेटा कि अपने कोल लाइट न्यूक्लियस जिहड़े है जिस तरह सोडियम 23 है उस विच की होएगा अपने कोल जिहड़ा न्यूक्लियस है न्यू नंबर ऑफ न्यूट्रॉन है वह आलमोस्ट सेम है नंबर ऑफ प्रोटोन दे, जिस तरह से सोडियम 23 है मास नंबर 23 हो गया लेकिन उहदा जिहड़ा एटॉमिक नंबर है वो अपना 11 हुंदा है, तो 11 दा डबल कर लोगे तो की हो जाएगा बेटा 22 ਦੇ ਰੇਟ ਤੇ 22 ਬਣ ਜਾਂਦਾ ਹੈ। ਸੋ ਨੰਬਰ ਆਫ ਪ੍ਰੋਟੋਨਸ ਕਿੰਨੇ ਹੋ ਗਏ 11 ਐਂਡ ਨੰਬਰ ਆਫ ਨਿਊਟ੍ਰੋਨਸ ਦੇ ਵਿੱਚ ਕਿੰਨੇ ਹੋ ਗਏ ਬੇਟਾ 23 ਮਾਈਨਸ 11 ਆਪਣੇ ਕੋਲ 12 ਆਪਣੇ ਕੋਲ 12 ਨਿਊਟ੍ਰੋਨਸ ਆ ਗਏ। ਸੋ ਇਸ ਕਰਕੇ ਆਪਣੇ ਕੋਲ ਐਨਰਜੀ ਨੰਬਰ ਆਫ ਨਿਊਟ੍ਰੋਨਸ ਇਜ਼ ਆਲਮੋਸਟ ਅਪ੍ਰੋਕਸੀਮੇਟਲੀ ਇਕੁਅਲ ਟੂ ਨੰਬਰ ਆਫ ਪ੍ਰੋਟੋਨਸ। ਲੇਕਿਨ ਜਦੋਂ ਆਪਾਂ ਹੈਵੀਅਰ ਮੂਵ ਕਰਦੇ ਜਾਵਾਂਗੇ ਜਿਸ ਤਰ੍ਹਾਂ ਲਾਈਕ ਆਇਰਨ ਹੈ, ਆਇਰਨ ਦੇ ਵਿੱਚ ਕੀ ਹੈ ਐਟੋਮਿਕ ਨੰਬਰ 26 ਹੁੰਦਾ ਹੈ ਐਂਡ ਜਿਹੜਾ ਮਾਸ ਨੰਬਰ ਹੁੰਦਾ ਹੈ 56 ਹੁੰਦਾ ਹੈ। ਸੋ ਆਪਣੇ ਕੋਲ 30 ਦੇ ਅਕੋਰਡਿੰਗ ਆਪਣੇ ਕੋਲ ਨਿਊਟ੍ਰੋਨਸ ਹੋਣਗੇ ਐਂਡ 26 ਦੇ ਅਕੋਰਡਿੰਗ ਪ੍ਰੋਟੋਨਸ ਹੋਣਗੇ। ਸੋ ਇਸ ਦੀ ਆਲਮੋਸਟ ਸੇਮ ਨੋਲੋਜੀ ਹੋਏਗੀ। ਲੇਕਿਨ ਆਪਣੇ ਕੋਲ ਜਿਸ ਤਰ੍ਹਾਂ ਯੂਰੇਨੀਅਮ ਆ ਗਿਆ, ਯੂਰੇਨੀਅਮ ਦੇ ਵਿੱਚ 92 ਪ੍ਰੋਟੋਨਸ ਹੁੰਦੇ ਹੈ ਐਂਡ 235 ਮਾਈਨਸ 92 ਤੁਸੀਂ ਕੰਪੇਅਰ ਕਰ ਸਕਦੇ ਹੋ ਆਲਮੋਸਟ 130 ਟੂ 150 ਦੇ ਅਰਾਊਂਡ ਇਹਦੇ ਵਿੱਚ ਨਿਊਟ੍ਰੋਨਸ ਐਗਜ਼ਿਸਟ ਕਰਨਗੇ। ਠੀਕ ਹੈ ਜੀ। ਸੋ ਇਸ ਕਰਕੇ ਜਿਸ ਤਰ੍ਹਾਂ ਆਪਾਂ ਹੈਵੀ ਨਿਊਕਲੀਅਸ ਵਿੱਚ ਮੂਵ ਕਰਦੇ ਜਾਂਦੇ ਹਾਂ ਜਿੱਦਾਂ ਜਿੱਦਾਂ ਐਟੋਮਿਕ ਮਾਸ ਵੱਧਦਾ ਜਾਂਦਾ ਹੈ ਤਾਂ ਨੰਬਰ ਆਫ ਨਿਊਟ੍ਰੋਨਸ ਦੀ ਗਿਣਤੀ ਵੱਧਦੀ ਜਾਂਦੀ ਹੈ ਐਸ ਕੰਪੇਅਰ ਟੂ ਪ੍ਰੋਟੋਨਸ। ਸੋ ਇਹ ਸੇਮ ਨੋਲੇਜ ਦੇ ਉੱਪਰ ਨਹੀਂ ਰਹਿੰਦੇ। ਸੋ ਇਸ ਕਰਕੇ ਆਪਣੇ ਕੋਲ ਜਿਹੜੀ ਅਸਮਿਟਰੀ ਹੈ ਉਹਨੂੰ ਆਪਾਂ ਟੇਕ ਕੇਅਰ ਕਰਨਾ ਪੈਂਦਾ ਹੈ। ਸੋ ਅਸਮਿਟਰੀ એનર્ਜੀ ਕਿਹੜੀ ਕਿਹਦੇ ਕਿਤੇ ਉੱਪਰ ਡਿਪੈਂਡ ਕਰੇਗੀ? ਇਟ ਇਲ ਬੀ ਪ੍ਰੋਪੋਰਸ਼ਨਲ ਟੂ n minus z ਦੇ ਸਕੁਅਰ ਡਿਵਾਈਡਡ ਬਾਈ a। n minus z ਕੀ ਹੋ ਗਿਆ? ਨੰਬਰ ਆਫ ਨਿਊਟ੍ਰੋਨਸ ਮਾਈਨਸ ਨੰਬਰ ਆਫ ਪ੍ਰੋਟੋਨਸ, ਜਿੰਨੇ ਐਕਸਟਰਾ ਨੰਬਰ ਆਫ ਨਿਊਟ੍ਰੋਨ ਹੋਣਗੇ ਉਹਦਾ ਸਕੁਅਰ ਕਰ ਦਿਓ ਡਿਵਾਈਡਡ ਬਾਈ a ਕਰ ਦਿਓ ਤਾਂ ਆਪਣੇ ਕੋਲ ਅਸਮਿਟਰੀ એનર્ਜੀ ਆ ਜਾਏਗੀ। ਸੋ ਪ੍ਰੋਪੋਰਸ਼ਨੈਲਿਟੀ ਕਨਸਟੈਂਟ ਹੈ ਪਰ ਅਗਰ ਆਪਾਂ ਇੰਟਰੋਡਿਊਸ ਕਰਾਂਗੇ ਅਸਮਿਟਰੀ a ਆਫ ਜਿਹੜਾ ਆਪਣੇ ਕੋਲ ਸਿਮੈਟ੍ਰੀਕਲ ਅਸਮਿਟਰੀ ਕਨਸਟੈਂਟ ਆ ਜਾਏਗਾ ਉਹਨੂੰ ਆਪਾਂ ਇੰਟਰੋਡਿਊਸ ਕਰ ਸਕਦੇ ਹਾਂ। n minus z ਨੂੰ ਤੁਸੀਂ ਕਿਸ ਤਰ੍ਹਾਂ ਲਿਖ ਸਕਦੇ ਹੋ? ਬਿਕੋਜ਼ a ਜਿਹੜਾ ਤੁਹਾਡਾ ਮਾਸ ਨੰਬਰ ਹੈ ਇਟ ਇਜ਼ ਅ ਕੰਬੀਨੇਸ਼ਨ ਆਫ ਪ੍ਰੋਟੋਨਸ ਐਂਡ ਨਿਊਟ੍ਰੋਨਸ, ਇਸ ਕਰਕੇ ਨੰਬਰ ਆਫ ਨਿਊਟ੍ਰੋਨ ਨੂੰ ਤੁਸੀਂ a minus z ਨਾਲ ਰਿਪਰੈਜ਼ੈਂਟ ਕਰਦੇ ਹੋ। ਜਦੋਂ ਤੁਸੀਂ ਬੈਕ ਫਿਲਿੰਗ ਕਰੋਗੇ ਤਾਂ a minus 2z ਦਾ ਫੈਕਟਰ ਆ ਜਾਏਗਾ। ਸੋ ਇਹ ਕਾਫੀ ਇੰਪੋਰਟੈਂਟ ਇਕੁਏਸ਼ਨਸ ਹੈਗੀ ਹੈ ਜਿਹੜੀਆਂ ਕਿ ਤੁਹਾਨੂੰ ਪੇਪਰ ਵਿੱਚ ਪੁੱਛੀਆਂ ਜਾਂਦੀਆਂ, ਵੈਦਰ ਇਟ ਇਜ਼ ਜਸਟ, ਵੈਦਰ ਇਟ ਇਜ਼ ਨੈਟ ਗੇਟ, ਹਰ ਜਗ੍ਹਾ ਇਹ ਜਿਹੜੀਆਂ ਇਕੁਏਸ਼ਨਸ ਹੈ ਤੁਹਾਨੂੰ ਪੁੱਛੀਆਂ ਜਾਣਗੀਆਂ। ਸੋ ਇਹ ਆਪਣੇ ਕੋਲ ਜਿਹੜੀ ਹੈ ਅਸਮਿਟਰੀ એનર્ਜੀ ਹੈਗੀ। ਉਸ ਤੋਂ ਬਾਅਦ ਬੇਟਾ ਆਉਂਦਾ ਹੈ ਆਡ ਈਵਨ ਇਫੈਕਟ। ਇਹ ਕਾਫੀ ਇੰਪੋਰਟੈਂਟ ਟਰਮੀਨੋਲੋਜੀ ਆ ਜਾਂਦੀ ਹੈ ਅਗਰ ਤੁਸੀਂ ਰਿਸਰਚ ਵੱਲ ਇੰਟਰਸਟਡ ਹੋ, ਅਗਰ ਤੁਸੀਂ ਪ੍ਰੋਪਰਲੀ ਨਿਊਕਲੀਅਰ ਚਾਰਟ ਨੂੰ ਐਕਸਪਲੋਰ ਕਰੋਗੇ ਤਾਂ ਤੁਸੀਂ ਹਮੇਸ਼ਾ ਦੇਖੋਗੇ ਕਿ ਈਵਨ ਈਵਨ ਨਿਊਕਲੀਅਸ ਜਿਹੜੇ ਹੈ ਜਿਨ੍ਹਾਂ ਵਿੱਚ ਨੰਬਰ ਆਫ ਨਿਊਟ੍ਰੋਨਸ ਜਿਹੜੇ ਹੈ ਈਵਨ ਹੈ, ਈਵਨ ਨੰਬਰ ਹੈ ਜਸਟ ਲਾਈਕ 46, 48, 50 ਔਰ ਸਮਥਿੰਗ ਲਾਈਕ ਦੈਟ, 22, 24 ਜਿਹੜੇ ਈਵਨ ਨੰਬਰ ਹੋਣ। ਸੋ ਨੰਬਰ ਆਫ ਪ੍ਰੋਟੋਨਸ ਅਗਰ ਈਵਨ ਹੈ ਐਂਡ ਨੰਬਰ ਆਫ ਨਿਊਟ੍ਰੋਨਸ ਵੀ ਤੁਹਾਡੇ ਕੋਲ ਈਵਨ ਹੈ ਤਾਂ ਨਿਊਕਲੀਅਸ ਤੁਹਾਡਾ ਜ਼ਿਆਦਾ ਸਟੇਬਲ ਹੋਏਗਾ। ਅਗਰ ਨੰਬਰ ਆਫ ਨਿਊਟ੍ਰੋਨਸ ਔਰ ਜਿਹੜੇ ਤੁਹਾਡੇ ਨੰਬਰ ਆਫ ਪ੍ਰੋਟੋਨਸ ਹੈ ਅਗਰ ਉਹ ਆਡ ਹੋਣਗੇ ਦੋਨਾਂ ਵਿੱਚੋਂ ਇੱਕ ਆਡ ਹੋਏਗਾ, ਚਾਹੇ ਨੰਬਰ ਆਫ ਪ੍ਰੋਟੋਨਸ ਹੋ ਜਾਣ ਚਾਹੇ ਨੰਬਰ ਆਫ ਨਿਊਟ੍ਰੋਨਸ ਹੋ ਜਾਣ, ਸੋ ਇਸ ਵਿੱਚ ਕੇਸ ਵਿੱਚ ਤੁਹਾਡੇ ਕੋਲ ਕੀ ਹੋਏਗਾ? ਇੰਟਰਮੀਡੀਏਟ ਸਟੇਬਿਲਟੀ ਤੁਹਾਡੇ ਕੋਲ ਆਏਗੀ। ਨੰਬਰ ਆਫ ਨਿਊਟ੍ਰੋਨ ਐਂਡ ਨੰਬਰ ਆਫ ਪ੍ਰੋਟੋਨਸ ਅਗਰ ਦੋਨੋਂ ਹੀ ਆਡ ਹੋ ਗਏ ਤਾਂ ਬੇਟਾ ਆਪਣੇ ਕੋਲ ਕੀ ਹੋਏਗਾ? ਇਟ ਵਿਲ ਬੀ ਲੈਸ ਸਟੇਬਲ। ਠੀਕ ਹੈ ਜੀ। ਸੋ ਇਹ ਆਪਣੇ ਕੋਲ ਲਿਖਿਆ ਹੋਇਆ ਇਹਦੇ ਵਿੱਚ ਅਗਰ ਤੁਹਾਡੇ ਕੋਲ ਨੰਬਰ ਆਫ ਪ੍ਰੋਟੋਨਸ ਐਂਡ ਨੰਬਰ ਆਫ ਨਿਊਟ੍ਰੋਨਸ ਈਵਨ ਈਵਨ ਹੋਣਗੇ ਤਾਂ ਉਸ ਕੇਸ ਦੇ ਵਿੱਚ ਕੀ ਹੋ ਜਾਏਗਾ ਬੇਟਾ? ਆਪਣੇ ਕੋਲ ਜਿਹੜੀ ਨੰਬਰ ਆਫ ਨਿਊਟ੍ਰੋਨਸ ਦੇ ਕੇਸ ਵਿੱਚ ਆਪਣੇ ਕੋਲ ਜਿਹੜਾ ਆਏਗਾ ਤੁਹਾਡੀ ਜਿਹੜੀ ਕੰਟਰੀਬਿਊਸ਼ਨ ਆਏਗੀ ਜਿਹੜੀ ਬਾਈਂਡਿੰਗ એનર્ਜੀ ਦੇ ਵਿੱਚ ਹੋਏਗੀ, ਇਟ ਵਿਲ ਬੀ ਅ ਪਲੱਸ ਸਾਈਨ, ਇਹ ਐਡ ਅਪ ਹੋਏਗੀ ਬਿਕੋਜ਼ ਈਵਨ ਈਵਨ ਨਿਊਕਲੀਅਸ ਤੁਹਾਡਾ ਜ਼ਿਆਦਾ ਸਟੇਬਲ ਹੋਏਗਾ, ਇਸ ਕਰਕੇ ਤੁਹਾਡੇ ਕੋਲ ਬਾਈਂਡਿੰਗ એનર્ਜੀ ਦੇ ਵਿੱਚ ਇਹ ਵਾਲੀ ਟਰਮ ਐਡ ਅਪ ਹੋਏਗੀ। ਸੋ ਦਿਸ ਇਜ਼ ਪਲੱਸ ਸਾਈਨ ਦੇ ਨਾਲ ਆਏਗਾ a ਡੈਲਟਾ ਡਿਵਾਈਡਡ ਬਾਈ a ਰਿਸ ਟੂ ਪਾਵਰ 3/4, ਇਹ ਤੁਹਾਡਾ ਕਨਸਟੈਂਟ ਹੈ ਐਂਡ ਕੈਪੀਟਲ ਏ ਇਸ ਵਾਸ 3/2 3/4 ਜਿਹੜਾ ਹੈ ਉਹ ਤੁਹਾਡੀ ਡਿਪੈਂਡੈਂਸੀ ਹੋ ਜਾਏਗੀ। ਸੋ ਆਡ ਈਵਨ ਇਫੈਕਟ ਦੇ ਵਿੱਚ ਕੀ ਹੋ ਜਾਏਗਾ ਬੇਟਾ? ਇਹ ਤਾਂ ਟਰਮਸ ਜ਼ੀਰੋ ਹੋ ਜਾਣਗੀਆਂ ਬਿਕੋਜ਼ ਇਹ ਕਾਊਂਟਰ ਨਹੀਂ ਕਰ ਪਾਣਗੀਆਂ, ਲੇਕਿਨ ਆਡ ਆਡ ਇਫੈਕਟ ਦੇ ਵਿੱਚ ਕੀ ਹੋਏਗਾ? ਤੁਹਾਡਾ ਨਿਊਕਲੀਅਸ ਥੋੜਾ ਜ਼ਿਆਦਾ ਅਨਸਟੇਬਲ ਹੋਏਗਾ, ਲੇਕਿਨ ਇਸ ਕਰਕੇ ਆਪਣੇ ਕੋਲ ਬਾਈਂਡਿੰਗ એનર્ਜੀ ਦੇ ਵਿੱਚ ਮਾਈਨਸ ਵਾਲੀ ਟਰਮ ਆਏਗੀ। ਠੀਕ ਹੈ ਜੀ। ਸੋ ਇਹ ਪਲੱਸ ਮਾਈਨਸ 0 ਐਂਡ ਇਹ ਡੈਲਟਾ ਰੇਸ ਟੂ ਪਾਵਰ 2 ਡਿਵਾਈਡਡ ਬਾਈ ਏ ਰੇਸ ਟੂ ਪਾਵਰ 3/4 ਆਪਣੇ ਕੋਲ ਆ ਜਾਏਗਾ। ਸੋ ਫਾਈਨਲ ਐਕਸਪ੍ਰੈਸ਼ਨ ਜਿਹੜਾ ਹੈ ਉਹ ਆਪਣੇ ਕੋਲ ਦੇਖਣ ਨੂੰ ਮਿਲੇਗਾ, ਜਿਹੜਾ ਕਿ ਆਪਣੇ ਕੋਲ 5 ਟਰਮਸ ਜਿਹੜੀਆਂ ਲਿਖੀਆਂ ਹੋਈਆਂ ਉਹ ਸਾਰੇ ਦੀ ਸਾਰੀਆਂ 5 ਟਰਮਸ ਇੱਥੇ ਆਪਾਂ ਇੰਡੀਕੇਟ ਕਰਾਂਗੇ। ਸੋ ਬਾਈਂਡਿੰਗ એનર્ਜੀ ਜਿਹੜੀ ਹੈ, ਸੋ ਬਾਈਂਡਿੰਗ એનર્ਜੀ ਦੇ ਵਿੱਚ ਆਪਾਂ ਸਾਰੀਆਂ ਟਰਮਸ ਫਿਲ ਆਊਟ ਕਰਦੀਏ ਤਾਂ ਕੁਝ ਇਸ ਤਰ੍ਹਾਂ ਦਾ ਐਕਸਪ੍ਰੈਸ਼ਨ ਦੇਖਣ ਨੂੰ ਮਿਲੇਗਾ। ਇਹ ਐਕਸਪ੍ਰੈਸ਼ਨ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ, ਚਾਹੇ ਤੁਹਾਡੇ ਬੀਐਸਸੀ ਫਾਈਨਲ ਦੇ ਐਗਜ਼ਾਮ ਹੈ, ਚਾਹੇ ਇਸ ਤੋਂ ਬਾਅਦ ਤੁਸੀਂ ਕੰਪੀਟੀਸ਼ਨ ਐਗਜ਼ਾਮ ਅਟੈਂਡ ਕਰਨੇ ਹੈ, ਤਾਂ ਹਰ ਜਗ੍ਹਾ ਇਹ ਚੀਜ਼ ਤੁਹਾਨੂੰ ਕੰਮ ਆਏਗੀ। ਕਿਤੇ ਨਾ ਕਿਤੇ ਤੁਹਾਨੂੰ ਪੁੱਛ ਲਿਆ ਜਾਏਗਾ ਕਿ ਸਰਫੇਸ એનર્ਜੀ ਦੀ ਟਰਮ ਦੇ ਵਿੱਚ ਇਹਦੀ ਡਿਪੈਂਡੈਂਸ ਦੱਸੋ, ਸੋ ਇਟ ਵਿਲ ਬੀ ਏ ਰੇਸ ਟੂ ਪਾਵਰ 2/3। ਅਗਰ ਕੂਲੰਬ ਇੰਟਰੈਕਸ਼ਨ ਆ ਗਈ, ਅਗਰ ਕੂਲੰਬ ਵਾਲੀ ਟਰਮ ਪੁੱਛ ਲਈ, ਇਟ ਵਿਲ ਬੀ ਜ਼ੈਡ ਇਨਟੂ ਜ਼ੈਡ ਮਾਈਨਸ 1 ਏ ਰੇਸ ਟੂ ਪਾਵਰ -1/3 ਹੋ ਗਿਆ। ਅਗਰ ਦੂਸਰੀ ਅਗਰ ਤੁਹਾਡੇ ਕੋਲ ਪੇਅਰਿੰਗ
एसिमेट्री एनर्जी पूछ लिया था ए वाली टर्म आएगी, अगर तुहाडी कोल पेयरिंग एनर्जी पूछ लिया था तो एक इट विल बी डिफरेंट टर्म। सो तुहानू सारी सारी टर्म्स ए तुहानू मेमोराइज करनियां पैणगियां जिहड़ियां कि तुहाडे काम दियां है। सो मास ऑफ द न्यूक्लियस आपां फाइंड आउट कर लए सेमी एम्पीरिकल मास फार्मूला, उहदे विच आपणे की चाहीदा सी बेटा फाइंडिंग एनर्जी चाहीदी सीगी, बाकी सारे सारे पार्ट नंबर ऑफ प्रोटॉन्स, मास नंबर ऑफ प्रोटॉन्स, पे नंबर ऑफ न्यूट्रॉन्स एंड मास ऑफ वन न्यूट्रॉन, ये आपां सारा कुछ पता हुंदा है एक फॉर ए पर्टिकुलर न्यूक्लियस, लेकिन आपां नूं की नहीं पता बेटा फाइंडिंग एनर्जी टर्म नहीं पता होएगी। सो इहदे विच आपां की करांगे आपां जिहड़ी वैल्यू फाइंडिंग एनर्जी दी थोड़ी रिड्यूस करके हटे आ, जो फिल आउट करांगे तो उहदे विच आपणे कोल कंप्लीट एक्सप्रेशन बन जाएगा। सो जिहड़ा एक्सप्रेशन लिखा है ये बी वाला ये आपां इत्थे फिल आउट करांगे, मैं डिटेल दे विच एक्सप्रेशन नहीं लिखा होया बिकॉज अदरवाइज आपणे कोल लेंथी लिखना पैंदा, सो मैंने थोड़ा रिड्यूस करने की कोशिश की है। सो बाइंडिंग एनर्जी वाली टर्म जी कैपिटल पी लिखी हुई है तो ये इस जगह मास ऑफ न्यूक्लियस फाइंड आउट करने में काफी जगह काम आएगी। सो एक्सपेरिमेंट्स हैव शोन दैट जी आप कॉन्सेंट लिखे हुए हैं एक्सपेरिमेंटली वेरीफाई हो चुके हैं, ये सिंगल सैट नहीं होंगे बेटा, देर आर मैनी सैट ऑफ पैरामीटर्स जो अलग अलग रीजन के लिए वैलिड हो सकते हैं, लेकिन इन्हों की एवरेज वैल्यू आप अगर लिखनी चाहिए तो इन्नी वैल्यू भी होगी सारे सारे एम ई वी यूनिट के हो गए 15.7 हो गया 17.8 हो गया। सो अगर तुम एग्जाम कोई क्वेश्चन आता है तो कई बार पैरामीटर दिते होंगे है, कई बार तुम्हें एवरेज पैरामीटर याद रखने पैंदे है। सो बी केयरफुल दिस टाइम, सो इन पैरामीटर एक बार रिमैबर जरूर कर लो कि इन्ने पैरामीटर वैल्यूज आनगियां, जे अगर दिते हुए पैरामीटर फाइनल एग्जाम न्यूमेरिकल ठीक है, अगर नहीं है तो यही यूज करने है। ठीक है जी। सो इंपॉर्टेंट एस्पेक्ट ऑफ सेमी एम्पिरिकल मास फार्मूला की है, इट कैन एक्सप्लेन स्टेबिलिटी ऑफ न्यूक्लियाई अगेंस्ट रिपीटेड डिके एंड प्रेडिक्ट मासेस एंड बाइंडिंग एनर्जी ऑफ अबाउट 200 स्टेबल न्यूक्लियाई। सो ए सेमी एम्पिरिकल मास फार्मूला की डिपिक्ट करता है बेटा कि अपने को जो न्यूक्लियस है लिक्विड ड्रॉप के साथ कंपेयर करके आप ये शो कर सकते हैं, जिस तरह लिक्विड ड्रॉप के सरफेस टेंशन एग्जिस्ट करती है उसी तरह न्यूक्लियर फोर्सेस के करके प्रोटोन्स चाहे आपस के कूलम इंट्रैक्शन ही है कूलम रिपल्शन एग्जिस्ट करती है तो प्रोटोन्स एंड न्यूट्रॉन्स साइमल्टेनियसली न्यूक्लियर न्यूक्लियस के अंदर एग्जिस्ट कर सकते हैं एंड उन्होंने बीटा डिके करने की जरूरत नहीं है, न्यूक्लियस अनस्टेबल नहीं होगा। अगर इवन इवन न्यूक्लियस है वो स्टेबल हो जाएगा, अगर ऑड इवन न्यूक्लियस है थोड़ा ज्यादा अनस्टेबल होएगा, लेकिन जिहड़ा ऑड ऑड न्यूक्लियस है वो ऑलमोस्ट अनस्टेबल न्यूक्लियस हुंदा है, वो डिके करेगा ही करेगा। सो इस तरह के कुछ कंसेप्ट जिहड़े है वो बाइंडिंग एनर्जी दे नाल उन्होंने एक्सप्लेन करने की कोशिश की थी। ठीक है बेटा। सो इस दे नाल अपने को लिक्विड ड्रॉप मॉडल तक कंप्लीट हो जाता है, लेकिन उस तो बाद आपां नेक्स्ट जिहड़ी स्टार्ट करांगे उहदे विच अपने कोल आएगा शैल मॉडल। शैल मॉडल की लोड़ क्यों पैंदी आपां नूं? शैल मॉडल की लोड़ बेटा इस करके पैंदी है कि जिस वेले आप लिक्विड ड्रॉप मॉडल दी प्रॉपर्टीज की स्टडी करने की गल करते हैं, जब न्यूक्लियस की प्रॉपर्टीज नूं आपां प्रॉपरली स्टडी करांगे तो उहदे विच आपां ये फाइंड आउट करांगे कि अपने कोल काफ़ी सारी जिहड़ी प्रॉपर्टीज है जिहड़ी न्यूक्लियर ड्रॉप मॉडल एक्सप्लेन नहीं कर पाता। सो ये बुक नोट्स मैं लाए हुए हैं, इहदे विच ज्यादातर मैनूं नोट नहीं सी सारा कुछ लिखण दी बिकॉज ऑलमोस्ट सेम लिटरेचर तुहानूं बुक दे विच भी मिल जाएगा। सो फेलियर ऑफ लिक्विड ड्रॉप मॉडल तुहाडी स्क्रीन दे उपर विजिबल होएगा, आई होप सो। So liquid drop model successfully explained the nuclear fission and gave a collective picture of the nucleus. So it is a collective model ਜਿਹੜਾ ਕਿ ਤੁਹਾਡੇ ਨਿਊਕਲੀਅਸ ਨੂੰ ਇਕੱਠਾ ਕਰਕੇ ਮੋਸ਼ਨ ਵਿੱਚ ਜਿਹੜੇ ਹੈਗੇ ਆ ਇਨਸਾਈਡ ਦੀ ਨਿਊਕਲੀਅਸ ਉਹਨਾਂ ਦੇ ਰਿਗਾਰਡਿੰਗ ਪਿਕਚਰ ਡਿਪੈਕਟ ਕਰਦਾ ਐਂਡ ਇਜ਼ ਨਾਟ ਆਫ ਦੀ ਇਨਸਾਈਡ ਆਫ ਦੀ ਨਿਊਕਲੀਅਸ। ਸੋ ਦਿਸ ਮਾਡਲ ਫੇਲਡ ਟੂ ਐਕਸਪਲੇਨ ਨਿਊਕਲੀਅਰ ਸਪਿਨਸ ਐਂਡ ਮੈਗਨੈਟਿਕ ਮੂਵਮੈਂਟਸ। ਹੁਣ ਇਹਦੇ ਵਿੱਚ ਦੇਖੋ ਬੇਟਾ ਲਿਕੁਇਡ ਡ੍ਰੌਪ ਮਾਡਲ ਦੇ ਵਿੱਚ ਆਪਾਂ ਇਹ ਕਦੇ ਵੀ ਨਹੀਂ ਸ਼ੋ ਕੀਤਾ ਕਿ ਨਿਊਕਲੀਅਸ ਘੁੰਮਦੇ ਪਏ ਆ, ਜਿਸ ਦਾ ਸਲਾਈਕ ਜਿਹੜਾ ਨਿਊਕਲੀਅਰ ਮੈਗਨੈਟਿਕ ਮੂਵਮੈਂਟ ਆਏਗਾ ਜਾਂ ਆਪਣੇ ਕੋਲ ਨਿਊਕਲੀਅਰ ਸਪਿਨਸ ਆਣਗੇ, ਆਪਾਂ ਕਿਤੇ ਵੀ ਜ਼ਿਕਰ ਨਹੀਂ ਕੀਤਾ ਕਿ ਨਿਊਕਲੀ ਜਿਹੜੇ ਨਿਊਕਲੀਅਸ ਹੈ ਨਿਊਟ੍ਰੋਨ ਜਿਹੜੇ ਪ੍ਰੋਟੋਨ ਜਾਂ ਫਰਮੀਅਨਸ ਹੈ ਉਹਨੇ ਵੀ ਉਹ ਆਪਣੇ ਐਕਸਿਸ ਵਾਲੇ ਵੀ ਘੁੰਮਣਗੇ, ਉਹ ਸੈਂਟਰ ਵਿੱਚ ਅਗਰ ਕੋਈ ਉਹਨਾਂ ਕੋਲ ਕੋਈ ਫੋਰਸ ਹੈਗੀ ਹੈ ਇਹ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਉਹ ਮੀਨ ਫੋਰਸ ਵੀ ਕਹਿੰਦੇ ਹੈ ਉਹਦੇ ਅਰਾਊਂਡ ਆਪਣੇ ਨਿਊਕਲੀਅਸ ਘੁੰਮਣਗੇ। ਸੋ ਇਹ ਆਪਾਂ ਕਿਤੇ ਵੀ ਡਿਪਿਕਟ ਨਹੀਂ ਕੀਤਾ, ਇਸ ਕਰਕੇ ਇਹਦੇ ਵਿੱਚ ਕਾਫ਼ੀ ਸਾਰੀਆਂ ਪ੍ਰੋਬਲਮਸ ਹੈਗੀਆਂ ਨਿਊਕਲੀਅਸ ਸਪਿਨ ਤੇ ਮੈਗਨੈਟਿਕ ਮੂਵਮੈਂਟ ਨੂੰ ਇਹ ਜਿਹੜਾ ਮਾਡਲ ਹੈ ਲਿਕੁਇਡ ਡ੍ਰੌਪ ਮਾਡਲ ਇਹ ਕਿਤੇ ਵੀ ਟੇਕ ਕੇਅਰ ਨਹੀਂ ਕਰਦਾ। ਐਂਡ ਇਸ ਤੋਂ ਬਾਅਦ ਕੀ ਹੈ ਸੈਮੀ ਐਮਪੀਰੀਕਲ ਮਾਸ ਫਾਰਮੂਲਾ ਵਿਦ ਐਕਸਪੈਰੀਮੈਂਟਲ ਆਬਜ਼ਰਵੇਸ਼ਨ ਇਜ਼ ਮੋਰ ਕਲੋਜ਼ ਟੂ ਹੈਵੀ ਨਿਊਕਲੀਅਸ ਦੈਨ ਫੋਰ ਟੂ ਦੈਨ ਦੀ ਲਾਈਟ ਨਿਊਕਲੀਅਸ। ਇਹ ਚੀਜ਼ ਮੈਂ ਸਟਾਰਟਿੰਗ ਵਿੱਚ ਹੀ ਡਿਸਕਸ ਕਰ ਚੁੱਕਿਆ ਕਿ ਨਿਊਕਲੀਅਰ ਜਿਹੜੇ ਸਪਾਈਕਸ ਹੈਗੀਆਂ ਜਿਹੜੇ ਨਿਊਕਲੀਅਸ ਜ਼ਿਆਦਾ ਸਟੇਬਲ ਹੈ ਜਸਟ ਲਾਈਕ ਹੀਲੀਅਮ ਬੇਰੀਲੀਅਮ ਹੋ ਗਿਆ ਆਕਸੀਜਨ ਹੋ ਗਿਆ ਕਾਰਬਨ ਹੋ ਗਿਆ ਜਿਹੜੇ ਕਿ ਨਿਊਕਲੀਅਸ ਜ਼ਿਆਦਾ ਸਟੇਬਲ ਹੈ ਉਹਨਾਂ ਦੀ ਜਿਹੜੀਆਂ ਬਾਈਂਡਿੰਗ ਐਨਰਜੀ ਦੀਆਂ ਪੀਕਸ ਆਉਂਦੀਆਂ ਉਹ ਆਪਾਂ ਇੱਥੇ ਐਕਸਪਲੇਨ ਨਹੀਂ ਕਰ ਪਾਉਂਦੇ ਬਾਈ ਯੂਜ਼ਿੰਗ ਲਿਕੁਇਡ ਡ੍ਰੌਪ ਮਾਡਲ। ਸੋ ਇਟ ਆਲਸੋ failed to explain certain well known facts about the nuclei that why nuclei having a certain definite number of protons or neutrons are much more stable than neighborhood. So ye main already das chuka hai ki nuclei kuch nuclei jehde hege hai wo specially zyada stable hunde hai as compared to
नेबरहुड न्यूक्लियाई। सो ये मैजिक नंबर है, अपने देख सकते हैं कि अगर जिस न्यूक्लियाई का मास नंबर 2 होएगा, 8 होएगा, 20 होएगा, चाहे मास नंबर है, चाहे तुहाडा सॉरी न्यूट्रॉन नंबर है, चाहे प्रोटोन नंबर है, जिन्हां न्यूक्लियस दे विच इह चार नंबर एग्जिस्ट करनगे, वेदर इट इज प्रोटोन नंबर और न्यूट्रॉन नंबर, तां उह न्यूक्लियस ज्यादा स्टेबल होएगा एज कंपेयर टू नियर बाय न्यूक्लियाई, एंड दीज आर कॉल्ड मैजिक नंबर। सो इन्हां नूं मैजिक नंबर का नाम दिता गया सीगा। इह तुहाडा लिक्विड ड्रॉप मॉडल एक्सप्लेन नहीं कर पाता। सो एक्सपेरिमेंटल एविडेंस की है न्यूक्लियाई मैजिक नंबर की। सो मैजिक नंबर का जो कंसेप्ट है वो एक्चुअली एक्सपेरिमेंटली देखा गया। सो इट इज ऑब्जर्व्ड दैट न्यूक्लियाई हैविंग प्रोटॉन एंड न्यूट्रॉन नंबर लाइक दिस आर मोर स्टेबल। सो ये तुहानू नंबर याद रखने पैणगे। 28 भी इहदे विच आंदा है लेकिन इन्होंने मैंशन नहीं किया होगा, 20 भी आता है लेकिन जो 2, 8, 50, 80 एंड 126 है ये प्रॉपर शैल क्लोजर है, चाहे जिस तरह तुम एटोमिक शैल क्लोजर होंगे उत्थे ये चीज ज्यादा स्टेबल होंगे, इन्होंने मैजिक नंबर की फॉर्म दी जाती है। सो इस करके अपना 20 एंड 28 जो प्रॉपर शैल क्लोजर रही है, इस करके इन्होंने इंक्लूड नहीं किया। सो ये जो नंबर है दीज आर मच मोर हैविंग न्यूक्लियाई हैविंग दीज नंबर्स आर मच स्टेबल देन देयर नेबर्स। दीज न्यूक्लियाई दीज नंबर्स आर कॉल्ड मैजिक नंबर्स। न्यूक्लियर शैल मॉडल एक्सप्लेन्स मैजिक नंबर्स एंड देयर कॉन्सिक्वेंसेस। सो पहली गल पहला पॉइंट देखा हुआ है, एज सीन फ्रॉम दी बाइंडिंग एनर्जी कर्व देयर आर किंक्स विच कोरिस्पोंड टू सडन इंक्रीज इन दी वैल्यू ऑफ बाइंडिंग एनर्जी पर न्यूक्लियन। सो जिहड़े कि किंक्स आंदे आ अपने कोल, जिहड़ियां बाइंडिंग एनर्जी कर्व दे विच पीक्स आंदियां उह अपने कोल इहदे इहनां दी कोरिस्पोंडिंग आंदियां, जस्ट लाइक स्ट्रोंशियम अपने कोल। मैं थोड़ा जिहा इहनूं एलैबोरेट कर दिंदा बेटा। सो स्ट्रोंशियम जिहड़ा है, स्ट्रोंशियम दा एटॉमिक नंबर हुंदा बेटा 38। आई होप इट इज क्लीयर। स्ट्रोंशियम का मास नंबर हो गया 88, सो मास एटॉमिक नंबर 38 हो गया। 88 माइनस 38 तुहाडा नंबर ऑफ न्यूट्रॉन्स हो जाएंगे, सो 50 हो गया। सो ये तुहाडा न्यूक्लियस ज्यादा स्टेबल होएगा बिकॉज इहदे विच न्यूट्रॉन नंबर 50 है। सो ये तुहाडे कोल 10 हो गया, 10 दे विच एटॉमिक नंबर 50 एंड मास नंबर तुहाडा 120। सो जिस तरह इहदे विच प्रोटोन नंबर तुहाडा 50 हो गया, ये भी स्टेबल होएगा। सो सीरियम आ गया, सीरियम 58 एटॉमिक नंबर, मास नंबर हो गया 140। इहदे विच नंबर ऑफ न्यूट्रॉन्स जिहड़े है ਉਹ ਤੁਹਾਡੇ ਕੋਲ ਕਿੰਨਾ ਹੋ ਗਿਆ ਬੇਟਾ 82, ਇਹ ਵੀ ਸਟੇਬਲ ਹੋਏਗਾ। ਲੈਡ ਆਪਣੇ ਕੋਲ ਆ ਗਿਆ, ਲੈਡ ਆਪਣੇ ਕੋਲ 82 ਐਂਡ 208 ਆ ਗਿਆ ਬੇਟਾ। ਸੋ ਇਟ ਵਿਲ ਬੀ ਜ਼ੈਡ ਇਜ਼ ਇਕੁਅਲ ਟੂ 82 ਆਪਣੇ ਕੋਲ ਆ ਗਿਆ ਤਾਂ ਐਨ ਇਜ਼ ਇਕੁਅਲ ਟੂ 126। ਇਹ ਐਕਸੈਪਸ਼ਨਲੀ ਸਟੇਬਲ ਹੋਏਗਾ ਜਿਹਦੇ ਵਿੱਚ ਨਿਊਟ੍ਰੋਨ ਐਂਡ ਪ੍ਰੋਟੋਨ ਨੰਬਰ ਦੋਨੋਂ ਹੀ ਮੈਜਿਕ ਨੰਬਰ ਨੂੰ ਕੋਰਸਪੋਂਡ ਕਰਨਗੇ, ਉਹ ਐਕਸੈਪਸ਼ਨਲੀ ਸਟੇਬਲ ਹੋਏਗਾ ਐਸ ਕੰਪੇਅਰ ਟੂ ਨਿਊਕਲੀਆਈ ਜਿਹਦੇ ਵਿੱਚ ਸਿਰਫ ਪ੍ਰੋਟੋਨ ਜਾਂ ਨਿਊਟ੍ਰੋਨ ਨੰਬਰ ਦੋਨਾਂ ਵਿੱਚੋਂ ਇੱਕ ਆਪਣੇ ਕੋਲ ਮੈਜਿਕ ਨੰਬਰ ਨੂੰ ਕੋਰਸਪੋਂਡ ਕਰਦਾ ਹੈ। ਤੁਹਾਨੂੰ ਪਤਾ ਹੈ ਕਿ ਲੈਡ ਆਪਣੇ ਕੋਲ ਲਾਸਟ ਸਟੇਬਲ ਐਲੀਮੈਂਟ ਹੁੰਦਾ ਹੈ ਜਿਹੜਾ ਕਿ ਐਗਜ਼ਿਸਟ ਕਰਦਾ ਹੈ। ਲੈਡ ਨੂੰ ਆਪਾਂ ਸ਼ੀਲਡਿੰਗ ਦੇ ਵਿੱਚ ਵੀ ਯੂਜ਼ ਕਰਦੇ ਹਾਂ। ਸੋ ਇਸ ਤੋਂ ਬਾਅਦ ਹੁੰਦਾ ਬੇਟਾ ਅਗਲੀ ਚੀਜ਼, ਸਟੇਬਿਲਿਟੀ ਆਫ ਨਿਊਕਲੀਆਈਡ ਇਜ਼ ਰਿਲੇਟਡ ਟੂ ਇਟਸ ਨੈਚੁਰਲ ਅਬੰਡੈਂਸ। ਸਟੇਬਲ ਦੀ ਜਿਹੜੇ ਨੇ, ਅਗਰ ਕੋਈ ਨਿਊਕਲੀਅਸ ਸਟੇਬਲ ਹੋਏਗਾ ਤਾਂ ਨੇਚਰ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਐਗਜ਼ਿਸਟ ਕਰੇਗਾ, ਜ਼ਿਆਦਾ ਅਮਾਊਂਟ ਵਿੱਚ ਐਗਜ਼ਿਸਟ ਕਰੇਗਾ। ਐਕਸਪੈਰੀਮੈਂਟਲੀ ਇਟ ਇਜ਼ ਅਬਜ਼ਰਵਡ ਦੈਟ ਨਿਊਕਲੀਆਈ ਲੈਕ, ਜਿਸ ਤਰ੍ਹਾਂ ਆਪਣੇ ਕੋਲ ਸਭ ਤੋਂ ਵੱਧ ਕੀ ਹੈ ਨੇਚਰ ਦੇ ਵਿੱਚ ਆਕਸੀਜਨ ਹੈਗੀ ਹੈ, ਠੀਕ ਹੈ। ਆਪਣੇ ਕੋਲ ਹਾਈਡਰੋਜਨ ਐਗਜ਼ਿਸਟ ਨਹੀਂ ਕਰਦੀ ਬੇਟਾ, ਯਾਦ ਰੱਖਿਓ ਹਾਈਡਰੋਜਨ ਐਗਜ਼ਿਸਟ ਨਹੀਂ ਕਰਦੀ ਬਿਕੋਜ਼ ਅਰਥ ਐਟਮੋਸਫੀਅਰ ਹੋਲਡ ਨਹੀਂ ਕਰਦਾ। ਸੋ ਆਕਸੀਜਨ ਆਪਣੇ ਕੋਲ ਭਰਪੂਰ ਮਾਤਰਾ 'ਚ ਹੈ, ਲਾਰਜ ਅਮਾਊਂਟ ਦੇ ਵਿੱਚ ਆਕਸੀਜਨ ਅਵੇਲੇਬਲ ਹੈ। ਸੋ ਬਿਕੋਜ਼ ਇਹਦਾ ਜਿਹੜਾ ਐਟੋਮਿਕ ਨੰਬਰ ਹੈ ਉਹ 8 ਹੈ, ਮਾਸ ਨੰਬਰ ਵੀ 8 ਹੈ, ਨਿਊਟ੍ਰੋਨ ਨੰਬਰ ਵੀ 8 ਹੈ, ਇਹ ਮੈਜਿਕ ਨੰਬਰ ਨੂੰ ਕੋਰਸਪੋਂਡ ਕਰਦਾ ਹੈ। ਕੈਲਸ਼ੀਅਮ ਕੀ ਹੈ? ਕੈਲਸ਼ੀਅਮ ਆਪਣੇ ਬੋਨਸ ਜਿਹੜੀਆਂ ਕੈਲਸ਼ੀਅਮ ਦੀਆਂ ਬਣੀਆਂ ਹੋਈਆਂ, ਆਪਣੇ ਕੋਲ ਕੀ ਹੈ 20 ਐਟੋਮਿਕ ਨੰਬਰ ਹੈ, 20 ਮਾਸ ਨੰਬਰ ਹੈ, ਨਿਊਟ੍ਰੋਨ ਨੰਬਰ ਹੈ, ਇਸ ਕਰਕੇ ਇਹ ਵੀ ਸਟੇਬਲ ਹੋ ਗਿਆ। 10 ਬੇਟਾ, 10 ਵੀ ਆਪਣੇ ਕੋਲ ਕਾਫੀ ਮਾਤਰਾ 'ਚ ਅਵੇਲੇਬਲ ਹੁੰਦਾ ਹੈ 50 ਐਂਡ ਤੁਹਾਡੇ ਕੋਲ 70 ਦੇ ਕੋਰਸਪੋਂਡਿੰਗ। ਉਸ ਤੋਂ ਬਾਅਦ ਸਟੋਨਸ਼ੀਅਮ ਵੀ ਆਪਣੇ ਕੋਲ ਦੇਖਣ ਨੂੰ ਮਿਲਦਾ ਹੈ ਐਂਡ ਐਕਸੈਪਸ਼ਨਲੀ ਜਿਹੜਾ ਸਟੇਬਲ ਹੈ ਉਹ ਲੈਡ ਹੈ। ਲੈਡ ਆਪਾਂ ਨੂੰ ਬਹੁਤ ਜਗ੍ਹਾ ਦੇਖਣ ਨੂੰ ਮਿਲਦਾ ਹੈ, ਲੈਡ ਹਾਫ ਜਿਹੜੀ ਹੈ ਕਾਫੀ ਜਗ੍ਹਾ ਯੂਜ਼ ਕਰਦੇ ਹਾਂ ਬੇਟਾ। Having the magic numbers are more abundant. तो उस बाद आंदा बेटा in case of stable isotopes, जेड़ा stable isotope होणगे, nuclei prefer having my magic number of neutron Z and N. So more stable a particular nucleus is more number of stable isotopes it possesses. So इहदे विच की है बेटा, जिन्ना ज्यादा कोई nucleus stable होएगा उन्ने ही ज्यादा number of ओहदे कोल ਕੀ ਹੋਣਗੇ? ਆਈਸੋਟੋਪ ਹੋਣਗੇ। ਜਿੱਦਾਂ ਕੈਲਸ਼ੀਅਮ ਹੈ, ਕੈਲਸ਼ੀਅਮ ਦੇ ਅਗਰ ਉਹਦਾ ਐਟੋਮਿਕ ਨੰਬਰ 20 ਹੈ, ਇਟ ਹੈਜ਼ 6 ਆਈਸੋਟੋਪਸ। ਕੈਲਸ਼ੀਅਮ ਦੇ 6 ਆਈਸੋਟੋਪ ਹੁੰਦੇ ਹੈ। ਵੇਅਰ ਐਸ ਐਵਰੇਜ ਨੰਬਰ ਆਫ ਸਟੇਬਲ ਆਈਸੋਟੋਪ ਇਨ ਦਿਸ ਰੀਜਨ ਇਜ਼ ਅਬਾਊਟ 2। ਸੋ ਜਿਸ ਤਰ੍ਹਾਂ ਸੋਡੀਅਮ ਹੈ, ਸੋਡੀਅਮ ਦਾ 22 ਹੁੰਦਾ ਹੈ, ਐਟੋਮਿਕ ਮਾਸ ਨੰਬਰ ਇੱਕ ਉਹ ਹੈ, ਤੇ ਇੱਕ ਉਹਦਾ ਐਟੋਮਿਕ ਨੰਬਰ ਮਾਸ ਨੰਬਰ ਜਿਹੜਾ 23 ਵਾਲਾ। ਸੋ ਇਹਦੇ 2 ਆਈਸੋਟੋਪ ਹੁੰਦੇ ਹੈ ਲੇਕਿਨ ਕੈਲਸ਼ੀਅਮ ਦੇ 6 ਆਈਸੋਟੋਪ ਹੁੰਦੇ ਹੈ। ਸੋ ਜਿਹੜਾ ਐਕਸੈਪਸ਼ਨਲੀ ਸਟੇਬਲ ਨਿਊਕਲੀਅਸ ਹੋਏਗਾ ਉਹਦੇ ਤੁਹਾਡੇ ਕੋਲ ਆਈਸੋਟੋਪ ਵੀ ਜ਼ਿਆਦਾ ਹੋਣਗੇ। ਸੋ ਸਿਮੀਲਰਲੀ ਜਿਹੜਾ 10 ਹੈ ਇਹਦੇ 10 ਆਈਸੋਟੋਪ ਹੁੰਦੇ ਹੈ। ਸੋ ਇਸ ਤਰ੍ਹਾਂ
जिन्ना ज्यादा स्टेबल न्यूक्लियस होएगा उतने ही ज्यादा ओदे आइसोटोप एग्जिस्ट करनेगे। सो अल्फा पार्टिकल एनर्जीज आर लार्ज व्हेन डॉटर न्यूक्लियस इज ए मैजिक नंबर कैटेगरी एंड स्मॉल व्हेन पेरेंट्स इज ए मैजिक नंबर निकले। सो न्यूक्लियस अगर कोई अनस्टेबल न्यूक्लियस है तो वो हमेशा ही स्टेबल न्यूक्लियस वाले डिके करने की बेटा कोशिश करेगा। सो इस करके की होएगा कोई अनस्टेबल न्यूक्लियस है वो हमेशा ही कोई ना कोई अल्फा डिके या बीटा डिके के नाल स्टेबल न्यूक्लियस बनने की कोशिश करेगा। सो इस करके की हो जाएगा जब अल्फा पर डिके होएगा तो ओदे विच जेड़ा अगर डॉटर न्यूक्लियस है मैजिक नंबर है तो न्यूक्लियस बहुत जल्दी डिके करेगा। सो हमेशा ही टेंडेंसी होएगी न्यूक्लियस की सो दैट इट कैन मूव टुवर्ड्स मैजिक नंबर। ठीक है जी। तो इस करके हमेशा ही अगर डॉटर न्यूक्लियस थोड़ा ਜਿਹੜਾ ਕਿ ਡਿਕੇ ਤੋਂ ਬਾਅਦ ਨਿਊਕਲੀਅਸ ਬਣੇਗਾ ਇਟ ਇਜ਼ ਇਫ ਇਟ ਇਜ਼ ਅ ਮੈਜਿਕ ਨੰਬਰ ਤੁਹਾਡੇ ਕੋਲ ਜਿਹੜਾ ਨਿਊਕਲੀਅਸ ਦੀ ਜਿਹੜਾ ਪੇਰੈਂਟ ਨਿਊਕਲੀਅਸ ਹੈ ਉਹ ਜਲਦੀ ਡਿਕੇ ਕਰੇਗਾ ਤੇ ਲੇਕਿਨ ਅਗਰ ਤੁਹਾਡਾ ਪੇਰੈਂਟ ਨਿਊਕਲੀਅਸ ਮੈਜਿਕ ਨੰਬਰ ਹੈ ਤਾਂ ਨਿਊਕਲੀਅਸ ਜਲਦੀ ਡਿਕੇ ਨਹੀਂ ਕਰੇਗਾ। ਸੋ ਨਿਊਕਲੀਅਸ ਵਿਦ ਜ਼ੈਡ ਔਰ ਐਨ ਬੋਥ ਮੈਜਿਕ ਨੰਬਰ ਆਰ ਵੈਰੀ ਟਾਈਟਲੀ ਬਾਉਂਡ। ਸੋ ਜਿਨ੍ਹਾਂ ਨਿਊਕਲੀਅਸ ਦੇ ਵਿੱਚ ਵੀ ਅਸੀਂ ਆਲਰੇਡੀ ਡਿਸਕਸ ਕਰ ਚੁੱਕਾ ਜਿਨ੍ਹਾਂ ਨਿਊਕਲੀਅਸ ਦੇ ਵਿੱਚ ਨਿਊਟ੍ਰੋਨ ਐਂਡ ਪ੍ਰੋਟੋਨ ਨੰਬਰ ਦੋਨੋਂ ਹੀ ਮੈਜਿਕ ਨੰਬਰ ਹੋਣਗੇ ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਕੀ ਹੈ ਉਹ ਬਹੁਤ ਟਾਈਟ ਬਾਈਂਡਿੰਗ ਹੋਏਗੀ ਉਹਦੀ ਬਾਈਂਡਿੰਗ ਐਨਰਜੀ ਬਹੁਤ ਜ਼ਿਆਦਾ ਹੋਏਗੀ ਇਸ ਕਰਕੇ ਆਪਣੇ ਕੋਲ ਬਾਈਂਡਿੰਗ ਐਨਰਜੀ ਕਾਰਡ ਦੇ ਵਿੱਚ ਸਪਾਈਕਸ ਆਉਂਦੀਆਂ ਐਗਜ਼ਾਮਪਲ ਲਿਖੀ ਹੋਈ ਹੈ ਬੇਟਾ ਹੀਲੀਅਮ ਦੀ ਐਂਡ ਆਕਸੀਜਨ ਦੀ। So energies of alpha particles emitted by radioactive nucleides provide a strong evidence for the magic numbers 8. ठीक है जी। So energies of alpha particles जेडे emit किए हुए by radioactive nucleide तो वो अपन को देख शुरू कर दे कि nucleus stable है क्या कि नहीं है। So ये चीज अपन चेक कर सकते हैं। Energy of beta particles are found to be large where the neutron product is having magic number or protons or neutrons। So ये चीज same है जिस तरह alpha particle decay है उसी तरह beta particle decay है।